ਮਾਰਕੀਟ ਵਾਲੇ ਦਾ ਮੈਸੇਜ, ਓਏ ਮੁੰਡਿਓ। ਹਾਂਜੀ ਭਾਅ ਜੀ, ਰੱਬ ਨੇ ਸੁਣ ਲਈ ਤੁਹਾਡੀ। ਕੀ ਹੋ ਗਿਆ ਵੀਰੇ? 3 ਦਿਨ ਲਈ ਮਾਰਕੀਟ ਬੰਦ ਆ ਗਰਮੀ ਕਰਕੇ। ਓ ਵਾਹ ਜੀ ਵਾਹ, 3 ਦਿਨ ਛੁੱਟੀਆਂ ਫਿਰ ਹੈ? ਅੱਗੇ ਕੰਮ ਹੈ ਨਹੀਂ, ਗਾਹਕ ਅੱਗੇ ਨਹੀਂ ਆ ਰਿਹਾ। ਵਧੀਆ ਵੀਰੇ, ਘਰੇ ਬੈਠਾਂਗੇ ਯਾਰ, ਇੰਨੀ ਗਰਮੀ ਪੈਂਦੀ ਪਈ ਆ। ਚਲੋ ਤੁਸੀਂ ਤਾਂ ਮੋਜਾਂ ਕਰੋ, ਟੈਨਸ਼ਨ ਤਾਂ ਮੈਨੂੰ ਆ ਨਾ। ਇੱਧਰ ਆ ਇੱਧਰ ਆ, ਘਰੇ ਤਾਂ ਕਿਹਨੇ ਬਹਿਣਾ, ਛੁੱਟੀਆਂ ਮਿਲੀਆਂ ਨੇ, ਘੁੰਮ ਫਿਰ ਕੇ ਆਉਂਦੇ ਹਾਂ ਕਿਤੇ। ਸਹੀ ਗੱਲ ਹੈ ਯਾਰ, ਮੇਰੀ ਗੱਲ ਸੁਣ, 3 ਛੁੱਟੀਆਂ ਨੇ, ਠੀਕ ਹੈ, ਆਪਾਂ ਚੱਲਦੇ ਹਾਂ ਕਿਤੇ ਪਹਾੜੀ ਇਲਾਕੇ, ਠੰਡੇ ਏਰੀਏ ਦੇ ਵਿੱਚ। 3 ਛੁੱਟੀਆਂ ਨੇ, 2 ਛੁੱਟੀਆਂ ਆਪਾਂ ਉੱਦਾਂ ਕਰ ਲੈਂਦੇ ਹਾਂ, ਠੀਕ ਹੈ, 5 ਦਿਨ ਲਾ ਕੇ ਆਵਾਂਗੇ। ਪਰ ਯਾਰ 2 ਛੁੱਟੀਆਂ ਲਵਾਂਗੇ ਕਿਵੇਂ? ਮੈਂ ਭਾਅ ਜੀ ਨੂੰ ਕਹਿ ਦੂੰਗਾ। ਫਿਰ ਇੱਕ ਕੰਮ ਕਰਦੇ ਹਾਂ, ਮਨਾਲੀ ਚੱਲਦੇ ਆ ਯਾਰ, ਉੱਥੇ ਬਰਫ਼ ਪੈਂਦੀ ਪਈ ਆ। ਬਰਫ਼ ਪੈਂਦੀ ਪਈ ਆ? ਉਹ ਹੈ ਜੀ ਸਲਾਈਡਿੰਗ ਜੀ, ਉੱਥੇ ਕਰਨ ਵਾਲੀ। ਇਹ ਸਾਰਾ ਕੁਛ ਆ ਉੱਥੇ, ਮੇਰੇ ਦੋਸਤ ਮੰਨੇ ਹੋਏ, ਆਪਾਂ ਦੋਨੋਂ ਚ ਨਾਲ ਚੱਲਦੇ ਆ। ਬਸ ਠੀਕ ਆ, ਸਾਰਿਆਂ ਨੇ ਮਿਲ ਕੇ ਪੈਸੇ ਪਾ ਲੈਂਦੇ, ਆਪਾਂ ਚੱਲਦੇ ਆ ਫਿਰ। ਠੀਕ ਆ ਠੀਕ ਆ। ਓਏ ਕੀ ਗੱਲ ਹੋ ਗਈ? ਕੁਛ ਨਹੀਂ ਵੀਰੇ, ਬਸ ਵੈਸੇ ਚੰਗੇ ਭਲੇ ਚੁੱਪ ਖੜੇ ਸੀ, ਮੈਂ ਖਬਰ ਦੱਸ ਕੇ ਗਲਤੀ ਕਰ ਲਈ, ਰੋਲਾ ਹੀ ਪਾਉਣ ਲੱਗ ਗਿਆ। ਯਾਰ ਵੀਰੇ ਸਾਨੂੰ ਛੁੱਟੀ ਤਾਂ ਚਾਹੀਦੀ ਬਹੁਤ ਆ। ਸਹੀ ਗੱਲ ਆ ਭਾਜੀ, ਐਵੇਂ ਇੱਥੇ ਧੁੱਪਾਂ ਦੇ ਵਿੱਚ ਛੱਡਦੇ ਸੀ, ਗਰਮੀਆਂ ਦੇ ਵਿੱਚ ਛੱਡਦੇ ਸੀਗੇ ਆਪਾਂ, ਹੁਣ ਕਿਤੇ ਪਹਾੜੀ ਲਾ ਕੇ ਜਾਵਾਂ, ਘੁੰਮ ਫਿਰ ਕੇ ਆਵਾਂਗੇ। ਅੱਛਾ ਪਲਾਨ ਬਣਾ ਵੀ ਲਿਆ ਫਿਰ ਜਲਦੀ ਹੈ। ਹੋਰ ਵੀਰੇ ਯਾਰ, ਗਰਮੀ 'ਚ ਇੱਥੇ ਚੰਮ ਸਾੜਨਾ ਆ, ਉੱਥੇ ਜਾ ਕੇ ਘੁੰਮ ਕੇ ਆਵਾਂਗੇ, ਨਾਲੇ ਸਰੀਰ ਨਾ ਰਿਲੈਕਸ ਹੋ ਜੂ, ਮਾਇੰਡ ਰਿਲੈਕਸ ਹੋ ਜੂਗਾ ਭਾਜੀ, ਨਾਲੇ ਸਾਰੇ ਯਾੜੀ ਘੁੰਮ ਫਿਰ ਕੇ ਆਵਾਂਗੇ, ਹੈ ਨਾ ਵੀ। ਪੜ੍ਹਨਾ 'ਚ ਜਾਣ ਨੂੰ ਦਿਲ ਕਰਦਾ? ਹਾਂਜੀ ਹਾਂਜੀ। ਹਜੇ ਨਾ ਜਾਓ ਯਾਰ, ਤੁਸੀਂ ਇੱਦਾਂ ਕਰਿਓ, 7 ਤਰੀਕ ਤੋਂ ਬਾਅਦ ਚੱਲਦੇ ਹੋ, 7 ਨੂੰ ਚੱਲ ਜਾਓ ਮੇਰੇ ਵੱਲ। ਨਹੀਂ ਭਾਜੀ, ਸਪੀਕਰ ਲੈ ਕੇ ਆਇਆ ਨਵਾਂ, ਅਸੀਂ ਉੱਥੇ ਜਾ ਕੇ ਗਾਣੇ ਲਾ ਕੇ ਭੰਗੜੇ ਪਾਵਾਂਗੇ। ਤੁਸੀਂ ਵੀ ਚੱਲੋ ਵੀਰੇ ਸਾਡੇ ਨਾਲ। ਹੋਰ ਮੈਂ ਕਹਿ ਤਾਂ ਰਿਹਾ ਆਪਾਂ, ਮੈਂ ਵੀ ਚੱਲੂੰਗਾ ਤੁਹਾਡੇ ਨਾਲ, 7 ਤਰੀਕ ਤੋਂ ਬਾਅਦ ਚੱਲਦੇ ਹਾਂ। ਯਾਰ ਵੀਰੇ ਛੁੱਟੀਆਂ ਤਾਂ ਹੋਣ ਹੋਈਆਂ ਨਾ, ਛੁੱਟੀ ਕੱਟ ਲੈਣੀ ਹੋਈ ਤੁਸੀਂ ਭਾਜੀ, ਹੋਰ ਕੀ ਵੀਰੇ। ਪਤਾ ਕਿਉਂ? ਆ 6 ਦਿਨ ਨਾ ਕਿਤੇ ਨਹੀਂ ਜਾਣਾ, ਚੁੱਪ ਕਰਕੇ ਨਾ ਘਰਦਿਆਂ ਨਾਲ ਗੁਰਦੁਆਰਾ ਸਾਹਿਬ ਜਾਓ, ਮੱਥਾ ਟੇਕੋ, ਪਾਠ ਪੂਜਾ ਕਰੋ। ਭਾਜੀ ਉਹ ਤਾਂ ਰੋਜ਼ ਜਾਂਦੇ ਹਾਂ। ਰੋਜ਼ ਜਾਂਦੇ ਹਾਂ ਵੀਰੇ, ਕੀ ਬਾਅਦ ਵਿੱਚ ਕਰ ਲਾਂਗੇ ਪਾਠ, ਯਾਰ ਘੁੰਮ ਫਿਰ ਕੇ ਆਵਾਂਗੇ ਆਪਾਂ। ਹਾਂ ਵੀਰੇ ਚੱਲੋ ਤੁਸੀਂ ਵੀ। ਵੀਰੇ ਕੋਈ ਰੀਜ਼ਨ ਹੈ ਤਾਂ ਕਹਿ ਰਿਹਾ, ਨਾਲੇ ਤੁਹਾਨੂੰ ਤਾਂ ਪਤਾ ਹੋਣਾ ਚਾਹੀਦਾ, ਤੁਸੀਂ ਤਾਂ ਸਰਦਾਰ ਫੈਮਿਲੀ ਤੋਂ ਦੋਨੇ। ਉਹ ਵੀਰੇ ਘੁੰਮਣ ਫਿਰਨ ਦਾ ਹੀ ਪਤਾ ਜੀ ਸਾਨੂੰ, ਹੋਰ ਨਹੀਂ ਕੁਛ ਪਤਾ ਸਾਨੂੰ। ਮਤਲਬ ਘਰਦਿਆਂ ਨੇ ਕਦੇ ਦੱਸਿਆ ਨਹੀਂ, ਨਾ ਸਕੂਲਾਂ 'ਚ ਪੜ੍ਹਾਇਆ, ਨਾ ਕਾਲਜ 'ਚ ਪੜਦਾ ਲੱਗਿਆ ਹੋਣਾ। ਕਾਹਦਾ ਵੀਰੇ? ਕਿੰਨੇ ਦਾ ਬੋਰਨ ਆ ਤੁਹਾਡਾ? 99 ਦਾ ਜੀ। ਹਾਂਜੀ। ਤੇਰਾ ਵੀ 99 ਦਾ? ਦੋਨੋਂ। ਹਾਂਜੀ। ਸਾਨੂੰ 1984 'ਚ ਕੀ ਹੋਇਆ ਸੀ? 1984 'ਚ 83 ਦਾ ਪਤਾ ਵੀਰੇ, ਉਹ ਕ੍ਰਿਕਟ ਮੈਚ ਹੋਇਆ ਸੀ ਵਰਲਡ ਕੱਪ। ਹਾਂਜੀ। ਇੰਡੀਆ ਜਿੱਤੀ ਸੀ ਹੈ ਨਾ? ਹਾਂਜੀ ਹਾਂਜੀ। 83 ਦਾ ਨਹੀਂ ਪਤਾ ਹੈ ਨਾ? ਉਦੋਂ ਤਾਂ ਨਹੀਂ ਮੈਚ ਹੋਇਆ ਜੀ ਕੋਈ। ਨਹੀਂ। ਤਾਂ ਹੀ ਆਪਣੀ ਕੌਮ ਪਿੱਛੇ ਪਤਾ ਕਿਉਂ ਜਾ ਰਹੀ ਹੈ? ਸਰਦਾਰਾਂ ਨੂੰ ਦੱਬਿਆ ਪਤਾ ਕਿਉਂ ਜਾ ਰਿਹਾ ਹਰ ਵਾਰੀ? ਕਿਉਂਕਿ ਆਪਾਂ ਆਪਣੇ ਨਾ ਸ਼ਹੀਦਾਂ ਦੀਆਂ ਕੁਰਬਾਨੀਆਂ ਭੁੱਲ ਗਏ। 84 'ਚ ਕੁਰਬਾਨੀ ਹੋਈ ਸੀ ਵੀਰੇ? 84 'ਚ ਹੋਇਆ ਸੀ ਸਾਕਾ, 1 ਤੋਂ ਲੈ ਕੇ 6 ਜੂਨ ਤੱਕ ਸਰਕਾਰਾਂ ਨੇ ਨਾ ਆਰਮੀ ਲਾ ਦਿੱਤੀ ਸੀ ਆਪਣੇ ਦਰਬਾਰ ਸਾਹਿਬ, ਗੁਰੂ ਰਾਮਦਾਸ ਜੀ ਨਗਰੀ ਦਰਬਾਰ ਸਾਹਿਬ ਵਿੱਚ। ਹਾਂਜੀ। ਉੱਥੇ ਲੜਾਈ ਹੋਈ, ਟੈਂਕਾਂ ਤੋਪਾਂ ਦੇ ਨਾਲ ਚੜ੍ਹਾਈ ਕਰਤੀ ਸੀ ਆਰਮੀ ਨੇ। ਪਰ ਕਿਉਂ ਵੀਰੇ, ਆਰਮੀ ਤਾਂ ਇੰਡੀਆ ਦੀ ਹੋਈ ਆ। ਆਰਮੀ ਤਾਂ ਇੰਡੀਆ ਦੀ ਸੀ, ਪਰ ਉਹਨਾਂ ਨੂੰ ਸੰਤਾਂ ਦੀ ਫੌਜ ਨਾ ਭੈੜੀ ਲੱਗਣ ਲੱਗ ਗਈ ਸੀ। ਸੰਤਾਂ ਦੀ ਫੌਜ? ਇਸ ਕਰਕੇ ਨਾ ਉਹਨਾਂ ਨੇ ਦੁਨੀਆ 'ਤੇ 3ਜੇ 4 ਨੰਬਰ ਵਾਲੀ ਅਤੇ ਆਉਣ ਵਾਲੀ ਜਿਹੜੀ ਆਰਮੀ ਨਾ ਉਹ ਚੜ੍ਹਾਈ ਸੀ, ਤਾਂ ਕਿ ਕੋਈ ਬਚੇ ਨਾ। ਪਰ ਉਹਨਾਂ ਨੇ ਹਮਲਾ ਕਿਹਨਾਂ 'ਤੇ ਕੀਤਾ ਸੀ? ਉੱਥੇ ਜਿਹੜੀ ਸੰਗਤ ਮੱਥਾ ਟੇਕਣ ਆਈ ਸੀ, ਉੱਥੇ ਜਿਹੜੇ ਸੰਤ ਰਹਿੰਦੇ ਸੀ, ਜਿਹੜੇ ਪਾਠ ਪੂਜਾ ਤੋਂ ਇਲਾਵਾ ਕੁਛ ਨਹੀਂ ਕਰਦੇ ਸੀ, ਸਰਕਾਰਾਂ ਨੂੰ ਇਹ ਚੀਜ਼ਾਂ ਪਸੰਦ ਨਹੀਂ ਆਈਆਂ। ਜ਼ਿਆਦਾ ਨਹੀਂ, ਉੱਥੇ 1.5 ਲੱਖ ਆਰਮੀ ਸਿਰਫ ਦਰਬਾਰ ਸਾਹਿਬ 'ਤੇ ਲਾਤੀ ਸੀ ਸਰਕਾਰ ਨੇ। 1.5 ਲੱਖ ਆਰਮੀ? ਅਤੇ ਅੰਦਰ ਕਿੰਨੇ ਸਿੱਖ ਸੀ ਪਤਾ?
ਸਿਰਫ 200 ਤੋਂ 250 ਜਿਨ੍ਹਾਂ ਨੇ ਮੁਕਾਬਲਾ ਕੀਤਾ। ਹਾਂਜੀ 200-250 ਸਿੱਖਾਂ ਨੇ ਤੇ ਡਟ ਕੇ ਮੁਕਾਬਲਾ ਕੀਤਾ ਤੇ ਪਤਾ ਨਹੀਂ ਕਿੰਨੇ ਦਿਨ ਦੇਖ ਲਾ 6 ਦਿਨ ਆ 1 ਤੋਂ ਲੈ ਕੇ 6 ਤਰੀਕ ਤੱਕ ਆਰਮੀ ਲੱਗੀ ਰਹੀ ਸੀ। ਲੋਕ ਜਿਹੜੇ ਸਥਾਨਕ ਲੋਕ ਸੀ ਨਾ ਉਹ ਵੀ ਡਰਨ ਲੱਗ ਗਏ ਸੀ ਕਿ ਪਤਾ ਨਹੀਂ ਹੁਣ ਜਾਨ ਬਚੂਗੀ ਕਿ ਨਹੀਂ ਬਚੂਗੀ। ਆਪਾਂ ਨੂੰ ਕੁਛ ਯਾਦ ਹੀ ਨਹੀਂ, ਯਾਦ ਤਾਂ ਨਹੀਂ ਕਿਉਂਕਿ ਆਪਾਂ ਨੂੰ ਕਿਸੇ ਨੇ ਦੱਸਿਆ ਹੀ ਨਹੀਂ, ਹਜੇ ਤੱਕ ਨਹੀਂ ਇਨਸਾਫ ਮਿਲਿਆ 84 ਦਾ। ਯਾਰ ਮੈਨੂੰ ਇਹ ਦੱਸੋ ਉਹਨਾਂ ਦਾ ਕੀ ਕਸੂਰ ਸੀ ਜਿਹੜੇ ਸਿਰਫ ਮੱਥਾ ਟੇਕਣ ਗਏ ਸੀ, ਜਿਹੜੇ ਸੰਗਤ ਕਰਨ ਗਏ ਸੀ, ਜਿਹੜੇ ਗੁਰਬਾਣੀ ਪੜ੍ਹਨ ਗਏ ਸੀ ਉੱਥੇ, ਜਿਹੜੇ ਲੁਕੇ ਬੈਠੇ ਸੀ ਨਾ ਕਮਰਿਆਂ ਦੇ ਵਿੱਚ, ਜਾਂਦੇ ਉਹਨਾਂ ਦਰਬਾਰ ਸਾਹਿਬ, ਹਾਂਜੀ ਜਿਹੜੇ ਲੁਕੇ ਬੈਠੇ ਸੀ ਉਹਨਾਂ 'ਤੇ ਵੀ ਗ੍ਰਨੇਡ ਮਾਰਤੇ ਕਮਰਿਆਂ ਦੇ ਵਿੱਚ, ਅੰਦਰ ਹੀ ਵਿਚਾਰੇ ਸ਼ਹੀਦ ਹੋ ਗਏ ਜਿਹੜੀ ਸੰਗਤ ਗਈ ਸੀ। ਯਾਰ ਆਪਾਂ ਤਾਂ ਸਰਦਾਰ ਹਾਂ, ਆਪਾਂ ਤਾਂ ਸਿੱਖ ਹਾਂ, ਜਿਹੜੇ ਸੰਤਾਂ ਦੇ ਬਚਨ ਹੁੰਦੇ ਸੀ ਨਾ ਉਹਨੂੰ ਸੁਣਨ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਹੁੰਦੀਆਂ ਸੀ। ਤੁਸੀਂ ਯਕੀਨ ਨਹੀਂ ਮੰਨਣਾ, ਜਿਹੜਾ ਸਭ ਤੋਂ ਵੱਡਾ ਉਹਨਾਂ ਨੇ ਟੈਂਕ ਲਾਇਆ ਸੀ ਨਾ, ਜਿਹਦਾ ਮੂੰਹ ਅਕਾਲ ਤਖ਼ਤ ਵੱਲ ਸੀ, ਉਹਨੂੰ ਕਿਹਨੇ ਉਡਾਇਆ ਸੀ? ਨਹੀਂ ਪਤਾ ਭਾਈ। ਉਹਨਾਂ ਦਾ ਮਕਸਦ ਸੀ ਅਕਾਲ ਤਖ਼ਤ ਨੂੰ ਨਸ਼ਟ ਕਰਨਾ। ਅਕਾਲ ਤਖ਼ਤ ਸਾਹਿਬ? ਹਾਂਜੀ। ਅਤੇ ਉਹਨੂੰ ਬਚਾਇਆ ਪਤਾ ਕਿਹਨੇ? ਕੋਈ ਸਿੱਖ ਫੈਮਿਲੀ ਨੇ? ਭਾਈ ਮੋਹਰ ਸਿੰਘ ਬਾਰੇ ਸੁਣਿਆ ਕਦੇ? ਨਹੀਂ ਨਹੀਂ ਭਾਜੀ। ਬੀਬੀ ਪ੍ਰੀਤਮ ਕੌਰ ਬਾਰੇ? ਨਹੀਂ ਨਹੀਂ ਭਾਜੀ। ਛੋਟੀਆਂ ਬੱਚੀਆਂ ਬਾਰੇ ਸੁਣਿਆ? ਵਾਹਿਗੁਰੂ ਕੌਰ, ਸਤਨਾਮ ਕੌਰ ਬਾਰੇ? ਇਹ ਨਾਮ ਪਹਿਲਾਂ ਨਹੀਂ ਸੀਗੇ, ਜਿਹੜੇ ਸੰਤ ਆਪਣੇ ਪ੍ਰਵਚਨ ਕਰਿਆ ਕਰਦੇ ਸੀ ਨਾ ਉਹਨਾਂ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਇੱਕ ਹਿੰਦੂ ਫੈਮਿਲੀ ਸੀ ਜਿਹੜੀ ਸਿੱਖ ਬਣੀ ਸੀ। ਇਹ ਨਾਮ ਪਹਿਲਾਂ ਨਹੀਂ ਸੀਗੇ ਉਹਨਾਂ ਦੇ, ਕਿਉਂਕਿ ਉਹ ਹਿੰਦੂ ਫੈਮਿਲੀ 'ਚ ਸੀ। ਤੁਹਾਨੂੰ ਪਤਾ ਨਾ ਹਿੰਦੂ ਫੈਮਿਲੀ 'ਚ ਨਾਮ ਅਤੇ ਕਾਸਟ ਕੁਛ ਹੋਰ ਹੁੰਦੀ ਆ। ਹਾਂਜੀ। ਉਹਦੇ ਤੋਂ ਸਿੰਘ ਬਣੇ ਤਾਂ ਇੰਨਾ ਪ੍ਰਭਾਵ ਹੋਵੇ, ਉਹਨਾਂ ਨੇ ਆਪ ਸ਼ਹੀਦੀ ਦਿੱਤੀ ਉੱਥੇ। ਕਿਵੇਂ ਦਿੱਤੀ? ਬੱਚਿਆਂ ਦੇ ਬੀਬੀ ਪ੍ਰੀਤਮ ਕੌਰ 'ਤੇ ਬਰੂਦ ਬੰਨਿਆ ਸੀਨੇ 'ਤੇ, ਬਾਡੀ 'ਤੇ ਬਰੂਦ ਬੰਨ ਕੇ ਨਾ ਟੈਂਕ ਕੋਲੇ ਗਏ, ਨਾਲੇ ਟੈਂਕ ਉੱਡਿਆ ਅਤੇ ਨਾਲੇ ਆਪ ਚਿਥੜੇ ਚਿਥੜੇ ਹੋਏ। ਇੰਨੀਆਂ ਕੁਰਬਾਨੀਆਂ ਨੇ ਸਿੱਖਾਂ ਦੀਆਂ, ਅਤੇ ਆਪਾਂ ਸਾਕਾ ਹੀ ਭੁੱਲ ਗਏ? ਹਜੇ ਹੋਰ ਬੜੇ ਨਾਮ ਨੇ, ਜੇ ਮੈਂ ਤੈਨੂੰ ਗਿਣਾਉਣ ਲੱਗ ਜਾ ਨਾ ਤਾਂ ਅੱਧੀ ਉਮਰ ਤੇਰੀ ਸੁਣਦਿਆਂ ਦੀ ਲੰਘ ਜਾਣੀ, ਕਿਉਂਕਿ ਸਿੱਖ ਕੌਮ 'ਚ ਜਿੰਨੀਆਂ ਕੁਰਬਾਨੀਆਂ ਹੋਈਆਂ ਨਾ ਉਨੀਆਂ ਕਿਸੇ ਕੌਮ 'ਚ ਕੁਰਬਾਨੀਆਂ ਨਹੀਂ ਹੋਈਆਂ। ਇਹ ਪੱਗ ਐਵੇਂ ਨਹੀਂ ਮਿਲੀ, ਬੜੀਆਂ ਕੁਰਬਾਨੀਆਂ, ਬੜਾ ਖੂਨ ਜਿਹੜਾ ਸੜਕਾਂ 'ਤੇ ਬਹਿ ਗਿਆ, ਜਿਹੜਾ ਗੁਰਦੁਆਰਿਆਂ 'ਚ ਬਹਿ ਗਿਆ, ਸਰੋਵਰ ਲਾਲ ਕਰਤਾ ਸੀ ਅਗਲਿਆਂ ਨੇ, ਇੰਨੇ ਟੈਂਕ ਤੋਪ ਗੋਲੀਆਂ ਚਲਾਈਆਂ ਸੀ। ਅਤੇ ਜੇ ਆਪਣਾ ਵਜੂਦ ਬਚਾਉਣਾ ਹੈ ਨਾ, ਆਉਣ ਵਾਲੀ ਪੀੜ੍ਹੀ ਨੂੰ ਕੋਈ ਸਿੱਖਿਆ ਦੇਣੀ ਹੈ ਤਾਂ ਇਤਿਹਾਸ ਪੜ੍ਹੋ, ਠੰਡੀਆਂ ਥਾਵਾਂ 'ਤੇ ਜਾਣ ਦੀ ਲੋੜ ਨਹੀਂ ਪੈਣੀ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹੀਦ ਕਿੱਦਾਂ ਹੋਈ ਸੀ, ਕਾਹਦੇ 'ਤੇ ਬਿਠਾਇਆ ਸੀ? ਕਦੇ ਅਰਦਾਸ ਹੀ ਸੁਣ ਲਿਓ, ਤੱਤੀਆਂ ਤਵੀਆਂ ਚੜਖੜੀਆਂ ਤਾਂ ਚੜ ਤਨ ਆਰਿਆਂ ਨਾਲ ਚਿਰਾਏ ਗਏ, ਕੇਸਾਂ ਸਮੇਤ ਸੀਸ ਲਵਾਏ ਹੋਏ ਨੇ ਆਪਣੀ ਸਿੱਖ ਕੌਮ ਨੂੰ। ਉਹਨਾਂ ਦੀ ਕੁਰਬਾਨੀ ਜਿਹੜਾ ਬੰਦਾ ਯਾਦ ਰੱਖਦਾ ਨਾ, ਉਹਦੇ ਇੱਕ ਇੱਕ ਖੂਨ ਦਾ ਜਿਹੜਾ ਕਿਣਕਾ ਨਾ ਉਬਾਲੇ ਮਾਰਦਾ, ਉਹਨੂੰ ਨਹੀਂ ਫਿਰ ਯਾਦ ਆਉਂਦੀਆਂ ਸ਼ਹੀਦੀ ਵਾਲੇ ਦਿਨਾਂ 'ਚ ਆਪਾਂ ਬਾਹਰ ਜਾਣਾ, ਆਪਾਂ ਇੰਜੋਏ ਕਰਨਾ, ਫੈਮਿਲੀ ਨੂੰ ਨਾਲ ਲੈ ਕੇ ਜਾਓ ਦਰਬਾਰ ਸਾਹਿਬ, ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੋ ਜਿਨ੍ਹਾਂ ਨੇ ਆਪਣੇ ਵਜੂਦ ਨੂੰ ਸਾਂਭਣ ਲਈ, ਆਪਾਂ ਨੂੰ ਸਾਂਭਣ ਲਈ ਕੁਰਬਾਨੀਆਂ ਦਿੱਤੀਆਂ ਨੇ। ਸੋਰੀ ਭਾਜੀ। ਯਾਦ ਰੱਖਿਓ 1 ਤੋਂ 6 ਜੂਨ ਸਾਰੀ ਉਮਰ ਸਾਕਾ ਹੋਇਆ ਸੀ 84 ਦੇ ਵਿੱਚ, ਉਹਦਾ ਇਨਸਾਫ ਨਹੀਂ ਹਜੇ ਤੱਕ ਮਿਲਿਆ। ਅਸੀਂ ਜ਼ਰੂਰ ਪੜ੍ਹਾਂਗੇ ਵੀਰੇ। ਅਤੇ ਵੀਰੇ ਸਾਨੂੰ ਤਾਂ ਇਹ ਸਕੂਲਾਂ ਵਿੱਚ ਵੀ ਨਹੀਂ ਪੜ੍ਹਾਇਆ ਕਦੀ, ਕਿਤੇ ਨਹੀਂ ਪੜ੍ਹਾਇਆ ਜਾਣਾ ਹੈ। ਹੋ ਸਕਦਾ ਜਿਹੜਾ ਪੜ੍ਹਾ ਰਿਹਾ ਨਾ ਉਹਨੂੰ ਵੀ ਟਾਰਗੇਟ ਕੀਤਾ ਜਾ ਸਕਦਾ।
ਇਸ ਕਰਕੇ ਕੋਈ ਗੱਲ ਨਹੀਂ, ਜਿਨ ਤੇ ਇੰਨੀਆਂ ਕੁਰਬਾਨੀਆਂ ਹੋਈਆਂ ਤੇ ਹੋਰ ਹੋ ਜਾਣਗੀਆਂ, ਪਰ ਆਪਣਾ ਵਜੂਦ ਤਾਂ ਬਣਿਆ ਰਹੂਗਾ। ਬਿਲਕੁਲ ਹੈ, ਆਉਣ ਵਾਲੀਆਂ ਪੀੜ੍ਹੀਆਂ ਕੀ ਸੋਚਣਗੀਆਂ, ਸਾਡੇ ਪੁਰਖਾਂ ਨੇ ਕੀਤਾ ਕੀ ਸਾਡੇ ਲਈ, ਸਾਨੂੰ ਤਾਂ ਪਤਾ ਨਾ ਸਾਡੇ ਪੁਰਖਾਂ ਨੇ ਕੀ ਕੀਤਾ। ਹਾਂਜੀ ਵੀਰੇ, ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗੂਗਾ, ਕੁਰਬਾਨੀ ਵਾਲੀ ਕੌਮ ਹੈ, ਕੁਰਬਾਨ ਹੋਣਾ। ਠੀਕ ਹੈ, ਹਾਂਜੀ ਵੀਰੇ, ਛੁੱਟੀਆਂ ਹੋਈਆਂ ਨੇ, ਗੁਰਬਾਣੀ ਪੜ੍ਹੋ, ਕਿਉਂਕਿ ਜਵਾਨੀ ਦੀ ਉਮਰ ਹੈ, ਜਿਹਨੇ ਜਵਾਨੀ ਦੇ ਵਿੱਚ ਗੁਰਬਾਣੀ ਪੜ੍ਹ ਲਈ ਨਾ, ਉਹ ਬੰਦਾ ਤਰ ਗਿਆ। ਬੰਦਾ ਸੋਚਦਾ ਬੁਢਾਪੇ 'ਚ ਜਾ ਕੇ ਪੜੂੰਗਾ, ਉਦੋਂ ਤਾਂ ਯਾਰ ਜਵਾਨ ਹੀ ਨਹੀਂ ਆਪਣਾ ਸਾਥ ਦਿੰਦੀ, ਆਪਣਾ ਸਰੀਰ ਹੀ ਨਹੀਂ ਸਾਥ ਦਿੰਦਾ, ਹੈ ਨਾ। ਆਪਾਂ ਜਿਹੜੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਦਾ ਕੋਈ ਵਜੂਦ ਹੀ ਹੈ ਨਹੀਂ, ਉਹਨਾਂ ਚੀਜ਼ਾਂ ਪਿੱਛੇ ਭੱਜੇ ਫਿਰਦੇ ਹਾਂ। ਜਿਹਦਾ ਕੋਈ ਵਜੂਦ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਜੋ ਲਿਖਿਆ ਉਹਨੂੰ ਸਮਝਣ ਦੀ ਕੋਸ਼ਿਸ਼ ਕਰੋ, ਜ਼ਿੰਦਗੀ ਬੜੀ ਸੌਖੀ ਤਰ ਜਾਣੀ। ਠੀਕ ਹੈ ਨਾ। ਹਾਂਜੀ, ਚਲੋ ਹੁਣ ਕੰਮ ਕਰ ਲਓ ਅਤੇ ਮੇਰੀਆਂ ਗੱਲਾਂ ਨੂੰ ਥੋੜ੍ਹਾ ਜਿਹਾ ਸੋਚ ਵਿਚਾਰ ਕਰਿਓ, ਸ਼ਹੀਦਾਂ ਬਾਰੇ, ਭਾਈ ਤਾਰੂ ਸਿੰਘ ਜੀ ਬਾਰੇ, ਭਾਈ ਸਤੀ ਦਾਸ ਜੀ ਬਾਰੇ, ਭਾਈ ਮਤੀ ਦਾਸ ਜੀ ਬਾਰੇ ਪੜ੍ਹਨਾ ਸ਼ੁਰੂ ਕਰੋ। ਠੀਕ ਹੈ, ਦੇਖਿਓ ਕਿੱਦਾਂ ਜਜ਼ਬਾ ਆਉਂਦਾ। ਇੱਕ ਵਾਰੀ ਚੰਗੀ ਤਰ੍ਹਾਂ ਅਰਦਾਸ ਸੁਣ ਲਿਓ, ਅੰਦਰੋਂ ਐਂ ਰੌਂਗਟੇ ਖੜ੍ਹੇ ਹੁੰਦੇ ਆ। ਠੀਕ ਹੈ, ਠੀਕ ਹੈ ਭਾਈ, ਚਲੋ ਹੁਣ ਕੰਮ ਕਰ ਲਓ, ਕੱਲ੍ਹ ਤੋਂ ਛੁੱਟੀਆਂ ਨੇ, ਹੁਣ ਤੁਹਾਡੇ ਹੱਥ 'ਚ ਫੈਸਲਾ ਕੀ ਕਰਨਾ ਕੀ ਨਹੀਂ ਕਰਨਾ।